अस्सलामुअलैकुम जी। यह वीडियो स्पैशल उन्होंने लिए जिहड़े बंदे दुनिया से आ के पैसे नूं सब कुछ समझी फिरते आ, शोहरत के नशे दे विच इन्ना मगरूर होए फिरते आ, ये गल भुली बैठे ने कि एक भी जात हैगी आ जिहदे हाथ च साडी जान आ, जिहदे कोल असीं वापस जाना। बड़ा खूबसूरत किस्सा तुहाडे नाल शेयर करन जा रहे हैं। वीडियो चंगी लगे तो शेयर लाजमी कर दिओ। एक ना बादशाह हुंदा, उहने बड़ा खूबसूरत अली शान महल बनाया हुंदा। महल इन्ना खूबसूरत हुंदा कि जिहड़ा उहनूं वेंदा ना उह महल दा ही हो के रह जांदा, जिहड़ा बंदा भी वेंदा ना उह दुनियादारी नूं भुल जांदा, महल दा हो के रह जांदा। ते बादशाह ने एक बड़ी ना सख्त जी शर्त रखी हुंदी आ, जिहड़ा बंदा महल नूं इस टाइम च वेख के वापस ना पहुंच सकिया, मैं उहदी धौण लवा देंगा, गर्दन कलम करा देंगा। लो जी, बड़े बड़े नौजवान जांदे आ महल नूं वेख नहीं सकते, वह टाइम मुक जांदा, बादशाह उहनां दी धौण लवा दिंदा। कई बंदे कई नौजवान ना जान दी बाजी हार बैठदे ने महल अपने नाम कराउण दे चक्करां च। अच्छा जी, गल उड़दी उड़दी ना लागे लागे बड़े चर्चे हो जांदे, गल बड़ी दूर तक पहुंच जांदी आ, पहुंचदी पहुंचदी गल एक पेंडू जिहा मुंडा हुंदा वा उहदे कन्नां तक आवाज़ पहुंच जांदी आ, फलाने पिंड दे विच फलाने शहर दे विच बादशाह ने आ शर्त रखी आ, ते महल दसदे बड़ा खूबसूरत आ, जिहड़ा बंदा उस महल नूं वेंदा महल दा हो जांदा ते अपनी जान गवा पैंदा। ਉਹ ਕਹਿੰਦਾ ਲੈ ਵੀ ਮੈਂ ਜਾਣਾ ਮਹੱਲ, ਮੈਂ ਆਪਣੇ ਨਾਮ ਕਰਾਉਣਾ, ਕੀ ਆ ਉਸ ਮਹੱਲ ਦੇ ਵਿੱਚ। ਚਲੋ ਜੀ, ਉਹ ਚਲੇ ਜਾਂਦਾ। ਜਦੋਂ ਮਹੱਲ 'ਚ ਦਾਖਲ ਹੋਣ ਲੱਗਦਾ ਨਾ, ਬਾਦਸ਼ਾਹ ਦੇ ਮਸ਼ੀਰ ਅਤੇ ਵਜ਼ੀਰ ਉਹਨੂੰ ਸਮਝਾਉਂਦੇ ਆ, ਕਿਉਂ ਆਪਣੀ ਜਾਨ ਗਵਾਉਣੀ ਭਲਿਆ ਲੋਕਾਂ, ਤੈਨੂੰ ਆਪਣੀ ਜਾਨ ਨਹੀਂ ਪਿਆਰੀ, ਜਾ ਚੱਲ ਜਾ ਮਹੱਲ ਦਾ ਕੀ ਕਰਨਾ ਹੀ ਹੋ, ਜੇ ਜਾਨ ਹੀ ਨਾ ਰਹੀ ਤੂੰ ਮਹੱਲ ਕੀ ਕਰੇਗਾ। ਉਹਨੇ ਕਿਹਾ ਨਹੀਂ ਜੀ, ਮੈਂ ਅੱਜ ਮਹੱਲ ਆਪਣੇ ਨਾਮ ਕਰਾ ਕੇ ਜਾਣਾ, ਵੇਖਣਾ ਚਾਹੁੰਦਾ ਕਿਹੜੀ ਐਸੀ ਸ਼ਹਿਰ ਜਿਹੜੀ ਮਹੱਲ 'ਚੋਂ ਵਾਪਸ ਨਹੀਂ ਮੁੜਨ ਦਿੰਦੀ ਅਤੇ ਬੰਦੇ ਆਪਣੀ ਜਾਨ ਗਵਾ ਦਿੰਦੇ ਆ। ਲਓ ਜੀ, ਬਾਦਸ਼ਾਹ ਨੂੰ ਜਾ ਕੇ ਮਿਲਦਾ, ਬਾਦਸ਼ਾਹ ਉਹਨੂੰ ਕਹਿੰਦਾ ਅੱਧਾ ਘੰਟਾ ਪੌਣਾ ਘੰਟਾ ਜਾਂ ਘੰਟਾ, ਇੰਨੇ ਟਾਈਮ 'ਚ ਤੂੰ ਮਹੱਲ ਵੇਖ ਕੇ ਜੇ ਵਾਪਸ ਆ ਗਿਆ ਤਾਂ ਮਹੱਲ ਤੇਰੇ ਨਾਮ। ਚਲੋ ਜੀ, ਉਹ ਆਪਣਾ ਜਿਹੜਾ ਨੌਜਵਾਨ ਹੁੰਦਾ ਪੇਂਡੂ ਲੜਕਾ ਚੱਲ ਜਾਂਦਾ ਜੀ ਮਹੱਲ ਵੇਖਣਾ ਸ਼ੁਰੂ ਕਰ ਦਿੰਦਾ। ਬੜੇ ਬਗਾਤ ਅਤੇ ਬੜਾ ਕੁਛ, ਸੋਹਣੀਆਂ ਸੋਹਣੀਆਂ ਮੂਰਤਾਂ, ਬਗੀਚੇ, ਕਲੀਨ ਸੂਫੇ ਐਸੇ ਐਸੇ ਕਿ ਜਿਹੜੇ ਬੰਦੇ ਨੂੰ ਕਦਮ ਨਾ ਅੱਗੇ ਪੱਟਣ ਦੇਣ, ਇੰਨਾ ਖੂਬਸੂਰਤ ਤਰੀਨ ਮਹੱਲ। ਚਲੋ ਜੀ, ਉਹ ਬੰਦਾ ਆਪਣੇ ਟਾਈਮ ਤੋਂ ਪਹਿਲਾਂ ਜਿਹੜਾ ਟਾਈਮ ਮੁਕਰਰ ਕੀਤਾ ਹੁੰਦਾ ਉਸ ਟਾਈਮ ਤੋਂ ਪਹਿਲਾਂ ਮਹੱਲ ਵੇਖ ਕੇ ਵਾਪਸ ਆ ਜਾਂਦਾ। ਜਦੋਂ ਵਾਪਸ ਆਉਂਦਾ ਨਾ, ਦਰਬਾਰੀ ਸਾਰੇ ਚੁੱਪ ਹੋ ਜਾਂਦੇ, ਹੈਰਾਨ ਪਰੇਸ਼ਾਨ, ਬੰਦਾ ਟਾਈਮ ਤੋਂ ਵੀ ਪਹਿਲਾਂ ਵਾਪਸ ਆ ਗਿਆ। ਬਾਦਸ਼ਾਹ ਉਹਨੂੰ ਕਹਿੰਦਾ ਲਓ ਜੀ, ਮੈਂ ਜਿਹੜੀ ਜ਼ਬਾਨ ਕੀਤੀ ਸੀ ਮੈਂ ਆਪਣੀ ਜ਼ਬਾਨ ਤੇ ਕਾਇਮ ਆ, ਇਹ ਮਹੱਲ ਤੇਰੇ ਨਾਮ ਆ, ਲੇਕਿਨ ਇੱਕ ਗੱਲ ਤੇ ਦੱਸ, ਇੱਥੇ ਜਿੰਨੇ ਵੀ ਬੰਦੇ ਅੰਦਰ ਗਏ ਆ ਕੋਈ ਵਾਪਸ ਨਹੀਂ ਛੇਤੀ ਮੁੜਦਾ, ਟਾਈਮ ਮੁੱਕ ਜਾਂਦਾ ਰਿਹਾ, ਬੰਦੇ ਆਪਣੀ ਜਾਨ ਦੀ ਬਾਜ਼ੀ ਹਾਰ ਜਾਂਦੇ ਰਹੇ ਆ, ਤੇ ਤੂੰ ਐਸਾ ਕੀ ਕੀਤਾ, ਐਸਾ ਕਿਹੜਾ ਕੰਮ ਆ ਤੇਰੇ ਕੋਲ ਮਹੱਲ ਦੇ ਅੰਦਰ, ਇੰਨਾ ਖੂਬਸੂਰਤ ਮੇਰਾ ਇੰਤਜ਼ਾਮ ਆ, ਬਗਾਤ ਬਗੀਚੇ ਐਨੇ ਨੇ ਖੂਬਸੂਰਤ ਆ, ਤੇ ਕਿਸੇ ਸ਼ੈ ਨੇ ਤੇਰੇ ਦਿਲ ਨੂੰ ਅੰਦਰ ਰੋਕਿਆ ਨਹੀਂ, ਤੇਰਾ ਟਾਈਮ ਜ਼ਾਇਆ ਨਹੀਂ ਕੀਤਾ। ਉਹਨੇ ਕਿਹਾ ਬਾਦਸ਼ਾਹ ਸਲਾਮਤ, ਉਹ ਹੱਸਣ ਲੱਗ ਪਿਆ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਜਦੋਂ ਅੰਦਰ ਗਿਆ ਨਾ, ਮੈਂ ਨੀਵੀਂ ਪਾ ਲਈ ਆ ਤੇ ਅੱਖਾਂ ਅੱਧੀਆਂ ਬੰਦ ਕਰ ਲਈਆਂ, ਮੈਂ ਕਿਸੇ ਸ਼ੈ ਵੱਲ ਵੇਖਿਆ ਹੀ ਨਹੀਂਗਾ, ਪੂਰਾ ਮਹੱਲ ਘੁੰਮ ਕੇ ਤੇ ਮੈਂ ਬਾਹਰ ਆ ਗਿਆ ਵਾਂ, ਤੇ ਸਰਕਾਰ ਗੱਲ ਕਰਨ ਦਾ ਮਕਸਦ ਇਹ ਆ ਮਹੱਲੇ ਦੁਨੀਆ ਵਾਂ। ਸਬਕ ਵੀਡੀਓ ਬੜੀ ਸਬਕ ਆਮੂਜ਼ ਆ, ਇਹ ਮਹੱਲੇ ਦੁਨੀਆ ਤੇ ਬਾਦਸ਼ਾਹ ਉਹ ਜ਼ਾਤ ਆ, ਅੱਲਾ ਪਾਕ ਦੀ ਜ਼ਾਤ ਬਾਦਸ਼ਾਹ, ਤੇ ਅਸੀਂ ਉਹ ਬੇਵਕੂਫ ਲੋਕ ਆ ਜਿਹੜੇ ਇਸ ਦੁਨੀਆ 'ਚ ਆਣ ਕੇ ਮਹੱਲ ਨੂੰ ਵੇਖਦੇ ਖੂਬਸੂਰਤੀ ਦੇ ਵਿੱਚ ਰੌਣਕ ਮੇਲਿਆਂ ਦੇ ਵਿੱਚ ਖੋ ਜਾਂਦੇ ਆ, ਅਸੀਂ ਉਹ ਬੇਵਕੂਫ ਲੋਕ ਆ, ਤੇ ਸਮਝਦਾਰ ਤੇ ਅਕਲਮੰਦ ਇਨਸਾਨ ਉਹ ਆ ਜਿਹੜੇ ਅੱਖਾਂ ਬੰਦ ਕਰਕੇ ਇਸ ਦੁਨੀਆ ਤੇ ਰਹਿੰਦੇ ਨੇ, ਅੱਲਾ ਪਾਕ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਦੱਸੇ ਹੋਏ ਤਰੀਕਿਆਂ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਤੇ ਰੱਬ ਦੇ ਹਜ਼ੂਰ ਪੇਸ਼ ਹੋ ਜਾਂਦੇ ਨੇ। ਲਓ ਜੀ, ਉਮੀਦ ਕਰਦੇ ਹਾਂ ਸਾਡੀ ਵੀਡੀਓ ਚੰਗੀ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰਨਾ ਨਹੀਂ ਭੁੱਲਣਾ। ਅੱਲਾ ਹਾਫਿਜ਼।